ਡਿਫਾਲਟਰ ਤੇ ਦਬਦਾ ਕਿੱਥੇ ਆ ਗਾਣੇ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਬੈਂਚਮਾਰਕ ਸਥਾਪਿਤ ਕਰਨ ਵਾਲੇ ਸਿੰਗਰ ਆਰਨੇਤ ਜਿਨ੍ਹਾਂ ਨੇ ਕਿ ਯੂਥ ਬੇਹੱਦ ਪਸੰਦ ਕਰਦੀ ਹੈ ਤੇ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੇ ਨਾਲ ਆਰਨੇਤ ਦਾ ਰਿਲੀਜ਼ ਹੋਇਆ ਗਾਣਾ ਪੋਇਜ਼ਨ ਵੀ ਸੁਪਰ ਡੁਪਰ ਹਿੱਟ ਰਿਹਾ ਸੀ ਤੇ ਹੁਣ ਪੋਇਜ਼ਨ ਤੋਂ ਬਾਅਦ ਆਰਨੇਤ ਇੱਕ ਵਾਰ ਫੇਰ ਦਿਖਾਈ ਦੇਣਗੇ ਆਪਣੇ ਨਵੇਂ ਗਾਣੇ ਦੇ ਨਾਲ ਜਿਸਦਾ ਕਿ ਨਾਂ ਹੈ ਸਟਰਗਲਰ ਦੱਸ ਦਈਏ ਇਸ ਗਾਣੇ ਨੂੰ ਜਸ ਰੈਕਰਡਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਲਾਡੀ ਗਿੱਲ ਨੇ ਇਸਦਾ ਮਿਊਜ਼ਿਕ ਦਿੱਤਾ ਹੈ ਤੇ ਇਸ ਗਾਣੇ ਨੂੰ ਆਰਨੇਤ ਨੇ ਖੁਦ ਲਿਖਿਆ ਗਾਇਆ ਤੇ ਕੰਪੋਜ਼ ਕੀਤਾ ਦੱਸ ਦਈਏ ਇਸ ਗਾਣੇ ਦੀ ਫਸਟ ਲੁੱਕ ਯਾਨੀ ਕਿ ਪੋਸਟਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਗਾਣੇ ਦੀ ਰਿਲੀਜ਼ਿੰਗ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਮੀਦ ਹੈ ਕਿ ਆਰਨੇਤ ਜਲਦ ਹੀ ਇਹ ਗਾਣਾ ਲੈ ਕੇ ਪੇਸ਼ ਹੋਣਗੇ ਸੋ ਕਿਸ ਕਿਸ ਨੂੰ ਹੈ ਆਰਨੇਤ ਦੇ ਸਟਰਗਲਰ ਗਾਣੇ ਦੀ ਉਡੀਕ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਅਖੀਰ ਚੈਨਲ 7 ਰੰਗ ਦੀ ਪੂਰੀ ਟੀਮ ਵੱਲੋਂ ਆਰਨੇਤ ਅਤੇ ਸਟਰਗਲਰ ਗਾਣੇ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਉਮੀਦ ਕਰਦੇ ਹਾਂ ਕਿ ਇਹ ਗਾਣਾ ਵੀ ਸੁਪਰ ਹਿੱਟ ਰਹੇਗਾ ਪੰਜਾਬੀ 뮤직 ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ 'ਤੇ ਵੀ ਕਲਿੱਕ ਕਰ ਲਓ ਬਿਊਰੋ ਰਿਪੋਰਟ ਚੈਨਲ 7 ਰੰਗ ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ .com